ਤੇ ਫਤਿਆਵਾ ਟਰੈਕਟਰ ਮੰਡੀ ਹਰਿਆਣਾ ਦੀ ਮੰਡੀ ਦੀਆਂ ਤੁਹਾਨੂੰ ਪਤਾ ਵੀਡੀਓ ਪਾਈ ਦੀਆਂ ਵੇਖ ਲਓ ਮੰਡੀ ਆ ਸਾਰੀ ਏ ਟੂ ਜ਼ੈਡ ਇੱਧਰ ਦੋਨੇ ਸਾਈਡਾਂ 'ਚ ਮੰਡੀ ਤੁਰੀ ਜਾਂਦੀ ਹੈ ਅਤੇ ਜਿਹੜੇ ਵੀਰ ਕਮੈਂਟ ਕਰਦੇ ਅਸੀਂ ਵੀ ਪਾਕਿਸਤਾਨ ਟਰੈਕਟਰ ਲੈ ਕੇ ਜਾਣਾ ਵੀ ਪਾਕਿਸਤਾਨ ਤੁਸੀਂ ਬਾਏ ਕਰ ਲਓਗੇ ਨਾ ਟਰੈਕਟਰ ਇੱਥੋਂ ਤੁਹਾਨੂੰ ਇੱਥੋਂ ਅਥੋਰਿਟੀਆਂ ਨਹੀਂ ਮਿਲਦੀਆਂ ਹੈਗੀਆਂ ਲਿਆਉਣ ਦੀਆਂ ਜਿੰਨੀ ਕੁ ਮੈਨੂੰ ਨੌਲੇਜ ਹੈ ਜੇ ਵੀ ਤੁਸੀਂ ਇੱਥੋਂ ਟਰੈਕਟਰ ਲਿਆ ਸਕਦੇ ਦੂਜੀ ਸਟੇਟ 'ਚ ਲੈ ਜਾਓਗੇ ਰਾਜਸਥਾਨ ਲੈ ਜਾਓਗੇ ਹਰਿਆਣੇ ਤੋਂ ਪੰਜਾਬ 'ਚ ਲੈ ਆਓਗੇ ਅਤੇ ਤੀਜੀ ਸਟੇਟ ਲੈ ਜਾਓਗੇ ਪਰ ਤੁਸੀਂ ਪਾਕਿਸਤਾਨ ਨਹੀਂ ਲਿਆ ਸਕਦੇ ਇੰਨੀ ਅਥੋਰਿਟੀ ਨਹੀਂ ਦੇਣੀ ਕਿਸੇ ਨੇ ਤੁਹਾਨੂੰ ਵੀ ਤੁਸੀਂ ਬਾਰਡਰ ਟਪਾ ਲਓ ਟਰੈਕਟਰ ਇਸ ਲਈ ਵੀ ਕਮੈਂਟ ਤਾਂ ਤੁਸੀਂ ਆਏ ਕਿਹੜੇ ਕਰਦੇ ਜੇ ਵੀ ਅਸੀਂ ਪਾਕਿਸਤਾਨ ਲਿਆ ਸਕਦੇ ਹਾਂ ਟਰੈਕਟਰ ਨਹੀਂ ਲਿਆ ਸਕਦੇ ਨਾ ਵੀ ਪੀ ਵੀ ਨੰਬਰ ਹੁੰਦੇ ਨੇ ਨੰਬਰ ਹੀ ਨਹੀਂ ਪਹਿਲੀ ਗੱਲ ਤਾਂ ਸੈੱਟ ਆਉਣਾ ਅਤੇ ਮੇਰੀ ਨੌਲੇਜ ਦੇ ਹਿਸਾਬ 'ਤੇ ਵੀ ਤੁਸੀਂ ਨਹੀਂ ਲਿਆ ਸਕਦੇ ਜੇ ਬਈ ਕਿਸੇ ਨੂੰ ਜ਼ਿਆਦਾ ਨੌਲੇਜ ਹੈ ਤਾਂ ਉਹ ਥੱਲੇ ਦੱਸ ਸਕਦਾ ਕਮੈਂਟਾਂ 'ਚ ਉਹਨਾਂ ਨੂੰ ਅਤੇ ਬਾਕੀ ਜਿਨ੍ਹਾਂ ਨੂੰ ਮੈਂ ਨੰਬਰ ਦਿੰਦਾ ਹੈ ਨਾ ਜਿਹੜੇ ਨੰਬਰ ਹੁੰਦੇ ਨੇ ਮੇਰੇ ਕੋਲ ਮੈਂ ਪਾ ਦਿੰਦਾ ਨੰਬਰ ਅੱਗੇ ਮੈਨੂੰ ਇੱਕ ਤੋਂ ਦੋ ਫੋਨ ਆਉਂਦੇ ਨੇ ਵੀ ਨੰਬਰ ਨਹੀਂ ਤੁਸੀਂ ਦਿੱਤੇ ਨਾ ਮੈਂ ਨੰਬਰ ਜਿਹੜੇ ਹੁੰਦੇ ਨੇ ਹੁਣ ਮੈਨੂੰ ਅੱਜ ਤੋਂ ਤਿੰਨ ਚਾਰ ਨੰਬਰ ਮਿਲੇ ਨੇ ਮੈਂ ਤਿੰਨਾਂ ਚਾਰ ਨੰਬਰ ਵੀਡੀਓ ਦੇ ਵਿੱਚ ਹੀ ਹੁੰਦੇ ਨੇ ਵੀਡੀਓ ਪੂਰੀ ਵੇਖ ਲਿਆ ਕਰੋ ਅਤੇ ਨੰਬਰ ਵਿੱਚ ਹੁੰਦੇ ਨੇ ਵੀਡੀਓ ਦੇ ਜੇ ਸੁਣੋ ਤਾਂ ਤੁਸੀਂ ਧਿਆਨ ਨਾਲ ਅਤੇ ਜਿੰਨੇ ਨੰਬਰ ਹੁੰਦੇ ਨੇ ਵੀਡੀਓ ਦੇ ਵਿੱਚੋਂ ਮੈਂ ਕੱਢ ਤਾਂ ਲੈਂਦਾ ਨਹੀਂ ਅਤੇ ਕਈ ਭਗਤ ਕਹਿੰਦੇ ਨੇ ਵੀਡੀਓ ਨਹੀਂ ਬਣਾਈ ਤੂੰ ਨੰਬਰ ਤਾਂ ਵਿੱਚ ਪਾਇਆ ਨਹੀਂ ਨੰਬਰ ਸਮਝ ਨਹੀਂ ਆਉਂਦੀ ਨੰਬਰ ਨਕਲੀ ਹੈ ਨੰਬਰ ਨਕਲੀ ਤਾਂ ਮੈਂ ਕਿੱਥੋਂ ਜਨਰੇਟ ਕਰਨਾ ਜੀ ਨੰਬਰ ਤੁਸੀਂ ਲਾ ਕੇ ਦੇਖ ਲਿਆ ਕਰੋ ਪੁੱਛ ਲਿਆ ਕਰੋ ਫਤਿਹਾਵਾਂ ਟਰੈਕਟਰ ਮੰਡੀ 'ਚ ਤੁਹਾਡੀ ਵੀਡੀਓ ਵੇਖੀ ਹੈ ਠੀਕ ਹੈ ਜੀ ਮੇਰੇ ਚੈਨਲ ਦਾ ਨਾਂ ਲੈ ਦਿਆ ਕਰੋ ਹੋਰ ਇਹਦੇ ਉੱਤੇ ਕੀ ਦੱਸਾਂ ਜੀ ਤੁਹਾਨੂੰ ਠੀਕ ਹੈ ਇਸ ਸਾਈਡ ਵੀ ਮੰਡੀ ਲੱਗਦੀ ਹੈ ਸਾਰੀ ਠੀਕ ਹੈ ਐਡੀ ਵੱਡੀ ਮੰਡੀ ਹੈ ਜੀ ਦੇਖ ਸਕਦੇ ਤੁਸੀਂ ਵੀ ਫਤਿਹਾਵਾਂ ਟਰੈਕਟਰ ਮੰਡੀ ਕੋਈ ਛੋਟੀ ਮੰਡੀ ਨਹੀਂ ਹੈਗੀ ਅਤੇ ਤਲਵੰਡੀ ਮੰਡੀ 'ਤੇ ਵੀ ਆਪਾਂ ਨੰਬਰ ਪਾਇਆ ਹੋਇਆ ਇੱਕ ਅੱਗੇ ਅਤੇ ਦੋ ਫਤਿਹਾਵਾਂ ਦੇ ਦਾ ਪਾਇਆ ਹੋਇਆ ਅੱਜ ਫਿਰ ਦੋ ਤਿੰਨ ਦੇ ਨੰਬਰ ਨੇ ਅਤੇ ਟਰੈਲਾਂ ਚੱਲੀ ਜਾਂਦੀਆਂ ਤੁਹਾਡੇ ਸਾਹਮਣੇ ਅਤੇ ਵੀਡੀਓ ਨੂੰ ਚਲੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ।